मैं कहना थोड़ा शगन पाउंदे दा हाथ फड़न लगी हां, कर दो रिश्ता, भेज दो कनाडा। जदों देखो मेरे मत्थे लग जांदी आ, तैनूं देख देख मैनूं ची जांदी आ। मनप्रीत करके कुछ नहीं होया, ओह बेचारी तां अपने नाल वी नहीं गई। ओह अपने शरीक ने, तू अज तों बाद मनप्रीत नूं नहीं बुलाउणा। किवें आ भाभी? ओह अपने शरीक ने, तू अज तों बाद मनप्रीत नूं नहीं बुलाउणा। ओह भाभी तुसीं काते काम लगे होए हो? थोनू मैं क्या था सी वी तुसीं मैनूं इक आवाज मारियो, मैं झट आ जाणा, मैं सारे काम कर देणे सी। मन जे तां उहनां नूं बुलाउणा जां फिर उहनां नाल वरत ली जां फिर साडे नाल वरत ली। की होया भाभी, तबीयत तां ठीक आ ना थोड़ी? ਤੁਸੀਂ ਬੋਲਦੇ ਬੋਲਦੇ ਚੁੱਪ ਕਰਦੇ ਹੋ ਗਏ। ਨਹੀਂ, ਮੈਂ ਠੀਕ ਨਹੀਂ ਹੈਗੀ, ਮੇਰਾ ਗਲਾ ਖਰਾਬ ਆ, ਮੈਂ ਤਾਂ ਬੋਲਿਆ ਵੀ ਨਹੀਂ ਜਾਂਦਾ। ਤੂੰ ਗੇਟ ਬੰਦ ਕਰਕੇ ਨਾ ਇੱਥੋਂ ਚਲੀ ਜਾ। ਗਲਾ ਖਰਾਬ ਆ? ਭਾਬੀ ਤੁਸੀਂ ਬੈਠੋ, ਤੁਸੀਂ ਮੈਨੂੰ ਦੱਸੋ ਤੁਹਾਨੂੰ ਕੀ ਹੋਇਆ, ਮੈਂ ਦਵਾਈ ਲਿਆਉਣੀ ਆ। ਨਹੀਂ ਨਹੀਂ, ਮੈਂ ਐਂ ਕਰਦੀ ਹਾਂ, ਮੈਂ ਕਾੜਾ ਬਣਾ ਕੇ ਲੈ ਕੇ ਆਉਂਦੀ ਹਾਂ। ਮੇਰਾ ਇੰਨਾ ਗਲਾ ਵੀ ਨਹੀਂ ਦੁਖਦਾ ਵੀ ਜਿਹੜੀ ਮੈਨੂੰ ਦਵਾਈ ਲੈਣੀ ਪਵੇ। ਹਾਂ ਮੇਰਾ ਸਿਰ ਦੁਖ ਰਿਹਾ, ਉਹ ਮੈਨੂੰ ਪਤਾ ਕਿਵੇਂ ਠੀਕ ਹੋਊਗਾ, ਮੈਂ ਰੈਸਟ ਕਰੂੰਗੀ, ਉਹਦੇ ਨਾਲ ਫਰਕ ਪੈ ਜਾਊ। ਤੂੰ ਜਾ ਇੱਥੋਂ। ਉਹ ਮੇਰੇ ਜਾਣ ਨਾਲ ਤੁਹਾਡਾ ਸਿਰ ਕਿਵੇਂ ਠੀਕ ਹੋ ਜਾਊਗਾ? ਚਲੋ ਠੀਕ ਆ, ਜੇ ਤੁਸੀਂ ਦਵਾਈ ਨਹੀਂ ਨਾ ਲੈਣੀ, ਤੁਸੀਂ ਐਂ ਕਰੋ, ਮੈਂ ਤੁਹਾਡਾ ਨਾ ਸਿਰ ਘੁੱਟ ਦਿੰਦੀ ਹਾਂ। ਨਹੀਂ ਮਨਪ੍ਰੀਤ, ਮੈਂ ਰੈਸਟ ਕਰੂੰਗੀ, ਠੀਕ ਹੋ ਜਾਊਗਾ। ਲੈ ਐਵੇਂ ਕਿਵੇਂ ਰੈਸਟ ਕਰੋਗੇ? ਉਹ ਮੇਰੀ ਭਾਬੀ ਦਾ ਸਿਰ ਦੁਖਦਾ ਹੋਵੇ, ਮੈਂ ਚਲੀ ਜਾਵਾਂ, ਇਹ ਕਿਵੇਂ ਹੋ ਜਾਊਗਾ? ਦੇਖਿਓ ਹੁਣ ਥੋੜਾ ਸਿਰ ਠੀਕ ਹੋ ਜਾਣਾ ਭਾਬੀ। ਪਤਾ ਨਹੀਂ ਇਹ ਕਿਰਨ ਨੂੰ ਚੰਗੀ ਕਿਉਂ ਨਹੀਂ ਲੱਗਦੀ, ਮੈਨੂੰ ਤਾਂ ਕਿਰਨ ਨਾਲੋਂ ਵੀ ਵੱਧ ਮੋਹ ਆਉਂਦਾ ਇਹਦਾ। ਕਿੰਨੀ ਚੰਗੀ ਆ, ਸਭ ਨੂੰ ਮਿੱਠਾ ਬੋਲਦੀ ਆ, ਮੇਰੇ ਖਿੱਚ ਕੇ ਪੈਰ ਤੇ ਵੀ ਇਹ ਗਈ ਨਹੀਂ ਇੱਥੋਂ ਮੈਨੂੰ ਛੱਡ ਕੇ। ਨਹੀਂ ਤਾਂ ਅਗਲਾ ਆਪਣੀ ਆਕੜ ਦੇ ਵਿੱਚ ਰਹਿੰਦਾ ਵੀ ਮੈਨੂੰ ਬੋਲੀ ਕਿੱਦਾਂ। ਅਗਲੇ ਦੇ ਦੁੱਖ ਨੂੰ ਦੁੱਖ ਸਮਝਦੀ ਆ ਮਨਪ੍ਰੀਤ, ਕਿੰਨਾ ਕਰਦੀ ਆ ਮੇਰਾ। ਕਿਵੇਂ ਇਹਨੂੰ ਮੈਂ ਬੁਲਾਉਣਾ ਛੱਡਾਂ, ਕਿਵੇਂ ਇਹਨੂੰ ਮੈਂ ਜਵਾਬ ਦੇਵਾਂ, ਇਹ ਤਾਂ ਮੰਮੀ ਨੇ ਮੈਨੂੰ ਫਸਾ ਤਾ। ਹਾਏ ਰੱਬਾ, ਅੱਗ ਲੱਗਣੀਆਂ ਇੰਨੀਆਂ ਪੌੜੀਆਂ ਉੱਚੀਆਂ, ਸਾਹ ਚੜ ਗਿਆ। ਭੈਣ ਜੀ ਘਰ ਰਹੀ ਹੋ? ਇਹ ਅੱਜ ਫੇਰ ਆ ਗਈ, ਲੱਗਦਾ ਮੈਨੂੰ ਪੱਕਾ ਬੁੱਟਰ ਨੇ ਬੁਲਾਈ ਹੋਣੀ ਆ। ਦੇਖਾਂ ਤਾਂ ਸਹੀ ਕੀ ਗੱਲਾਂ ਕਰਦੇ ਨੇ। ਲੈ ਆ ਤੇ ਤੁਸੀਂ ਦੋਨੋਂ ਇਕੱਠੇ ਹੀ ਬੈਠੇ ਹੋ, ਆ ਤਾਂ ਬਾਹਲਾ ਹੀ ਚੰਗਾ ਹੋ ਗਿਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਠਾਕ ਹੋ? ਤੁਸੀਂ ਫਿਰ ਮੁੜ ਕੇ ਮੈਨੂੰ ਦੱਸਿਆ ਹੀ ਨਹੀਂ ਕੁਛ ਵੀ ਕੀ ਸੋਚਿਆ, ਤੁਸੀਂ ਕੀ ਸਲਾਹ ਕੀਤੀ? ਅਗਲੇ ਪੁੱਛਦੇ ਆ, ਮੈਂ ਤਾਂ ਤੁਹਾਨੂੰ ਬੜੇ ਹੀ ਫੋਨ ਕੀਤੇ, ਤੁਸੀਂ ਤਾਂ ਫੋਨ ਵੀ ਨਹੀਂ ਚੱਕਿਆ। ਉਹ ਭੈਣ ਜੀ ਕੀ ਦੱਸੀਏ, ਕਰਦੇ ਹਾਲਾਤ ਹੀ ਕੁਝ ਇਹੋ ਜਿਹੇ ਹੋਏ ਪਏ ਨੇ, ਮੇਰੇ ਤਾਂ ਬੱਸੋਂ ਬਾਹਰ ਹੋਈ ਪਈ ਆ। ਜੇ ਫੋਨ ਨਹੀਂ ਚੱਕਿਆ ਤਾਂ ਸਮਝ ਲਓ ਜਵਾਬ ਹੀ ਆ। ਲੈ ਭਾਜੀ ਆਹ ਕੀ ਗੱਲ ਹੋਈ ਭਲਾ, ਏਦਾਂ ਦੇ ਰਿਸ਼ਤੇ ਦੁਬਾਰਾ ਦੁਬਾਰਾ ਨਹੀਂ ਮਿਲਦੇ। ਤੁਸੀਂ ਤਾਂ ਇੰਨਾ ਸੋਚਣ ਲੱਗ ਗਏ ਜਿਵੇਂ ਖਬਰੇ ਪਤਾ ਨਹੀਂ ਕਿੱਡੀ ਕੁ ਜ਼ਮੀਨ ਦਾ ਮਸਲਾ ਤੁਸੀਂ ਹੱਲ ਕਰਨਾ ਹੁੰਦਾ। ਉਹ ਮੈਨੂੰ ਵੀ ਪਤਾ ਭੈਣ ਜੀ, ਰਿਸ਼ਤਾ ਬਹੁਤ ਵਧੀਆ, ਮੁੰਡਾ ਮੈਨੂੰ ਵੀ ਪਸੰਦ ਆ, ਪਰ ਅਸੀਂ ਰਿਸ਼ਤਾ ਕਰ ਨਹੀਂ ਸਕਦੇ ਉੱਥੇ। ਇਹ ਤਾਂ ਭਾਜੀ ਉਹ ਗੱਲ ਹੋ ਗਈ ਵੀ ਲਕਸ਼ਮੀ ਦਰਾਂ 'ਚ ਖੜੀ ਸੀ ਤੇ ਤੁਸੀਂ ਦਰਕਾਰਤੀ। ਦੱਸੋ ਲੱਗਣਾ ਹੀ ਕੀ ਸੀ ਤੁਹਾਡਾ, ਮੁੰਡੇ ਨੇ ਕੁੜੀ ਨਾਲ ਕੋਰਟ ਮੈਰਿਜ ਕਰਾ ਕੇ ਕੁੜੀ ਬਾਹਰ ਲੈ ਜਾਣੀ ਸੀ, ਆ 6 ਮਹੀਨਿਆਂ ਨੂੰ ਕਾਗਜ਼ ਪੱਕੇ ਕਰਾ ਕੇ ਕੁੜੀ ਪੱਕੇ ਪੈਰੀ ਬਾਹਰ ਹੋ ਜਾਣੀ ਸੀ ਪੱਕੀ। ਗੁੱਸਾ ਨਾ ਕਰਿਓ ਭਾਜੀ, ਹਾਂ ਤਾਂ ਤੁਸੀਂ ਆਪਦੇ ਪੈਰਾਂ 'ਤੇ ਆਪ ਹੀ ਸੋਟਾ ਮਾਰਦੇ ਪਏ ਹੋ, ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਮੈਂ ਜਾ ਕੇ ਉਹਨਾਂ ਨੂੰ ਸਮਝਾ ਦੂੰਗੀ, ਤੁਸੀਂ ਸੋਚੋ ਵਿਚਾਰੋ। ਉਹ ਸੋਚਿਆ ਹੀ ਹੋਇਆ, ਉਹ ਇਸ ਰਿਸ਼ਤੇ ਕਰਕੇ ਨਾ ਸਾਡੇ ਘਰੇ ਕਲੇਸ਼ ਪੈਂਦਾ, ਉਹ ਜਿਹੜੇ ਰਿਸ਼ਤੇ ਵਾਸਤੇ ਸਾਡੇ ਘਰੇ ਕਲੇਸ਼ ਪਵੇ ਉਹ ਅਸੀਂ ਕਰਨਾ ਹੀ ਨਹੀਂ। ਲੋ ਕਰ ਲਓ ਗੱਲ ਭੈਣ ਜੀ, ਤੁਸੀਂ ਸਮਝਾਓ ਭਾਜੀ ਨੂੰ ਕੁਛ ਨਾ, ਕੱਲੀ ਕੱਲੀ ਕੁੜੀ ਹੈ ਤੁਹਾਡੀ, ਡੋਲਰਾਂ 'ਚ ਖੇਡੂਗੀ ਡੋਲਰਾਂ 'ਚ। ਭੈਣ ਜੀ ਮੈਂ ਤਾਂ ਬਥੇਰਾ ਕਿਹਾ, ਉਹ ਜੋ ਕੁਛ ਕਰਨਾ ਇਹਨਾਂ ਨੇ ਕਰਨਾ, ਮੇਰੀ ਤਾਂ ਇੱਕ ਨਹੀਂ ਚੱਲਦੀ। ਮੈਨੂੰ ਤਾਂ ਭੈਣ ਜੀ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਕੁੜੀ ਦੀ ਜ਼ਿੰਦਗੀ ਬਣਦੀ ਪਈ ਹੈ ਅਤੇ ਤੁਹਾਡੇ ਘਰੇ ਕਲੇਸ਼ ਪਈ ਜਾਂਦਾ, ਤੁਹਾਡੇ 'ਚ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੈ ਨਹੀਂ ਭਾਜੀ। ਉਹ ਭੈਣ ਜੀ
जे अंडरस्टैंडिंग हैगी आ वह ताइयों का मना करता पाया। वो जे आह बारला मुंडा वो मेरा जवाई बन गया, जे हासे मजाक विच उन्हें किरण नूं कुछ कहता तो वध फर्क पऊगा। ਲੈ ਭਾਜੀ ਆਹ ਕਿਹੜੀ ਗੱਲ ਕਰਤੀ, ਗਾਂ ਮੁੰਡਾ ਪਾਗਲ ਹੈ ਵੀ ਐਵੇਂ ਹੀ ਕੁਛ ਕਹਿ ਦੂਗਾ ਦੂਜੀ ਕੁੜੀ ਨੂੰ ਹੈ। ਬਸ ਭਾਜੀ ਮੈਂ ਤਾਂ ਪੂਰਾ ਵਾਹ ਲਾਇਆ ਸੀ ਵੀ ਚੰਗਾ ਰਿਸ਼ਤਾ ਵੈ ਹੈ ਹੋ ਜਾਵੇ, ਮੈਨੂੰ ਨਹੀਂ ਲੱਗਦਾ ਹੁਣ ਹੋਣਾ ਕੁਛ। ਉਹ ਭੈਣ ਜੀ ਸੰਜੋਗਾਂ ਦੀ ਗੱਲ ਹੁੰਦੀ ਆ, ਜੇ ਹੋਣਾ ਹੁੰਦਾ ਨਾ ਹੋ ਜਾਣਾ ਸੀ, ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਹੋਊਗਾ। ਜਾਣੀ ਦੀ ਹੁਣ ਤੁਹਾਡਾ ਫਿਰ ਪੱਕਾ ਹੀ ਜਵਾਬ ਹੈ ਨਹੀਂ ਕਰਨਾ ਤੁਸੀਂ ਰਿਸ਼ਤਾ। ਹਾਂਜੀ ਭੈਣ ਜੀ ਜਵਾਬ ਹੀ ਆ। ਠੀਕ ਹੈ ਭੈਣ ਜੀ, ਫਿਰ ਤਾਂ ਮੇਰਾ ਇੱਥੇ ਕੋਈ ਕੰਮ ਨਹੀਂ, ਮੈਂ ਚੱਲਦੀ ਹਾਂ। ਮੁੰਡੇ ਨੂੰ ਤਾਂ ਬਥੇਰੇ ਰਿਸ਼ਤੇ ਮਿਲ ਜਾਣੇ ਆ। ਚੰਗਾ ਫਿਰ, ਸਤਿ ਸ਼੍ਰੀ ਅਕਾਲ। ਆਈ ਮੇਰੇ ਮਨ ਨੂੰ ਸ਼ਾਂਤੀ, ਪਵਾ ਲਿਆ ਅੰਗੂਠੀਆਂ ਮੇਰੀ ਧੀ ਨੂੰ ਜਵਾਬ ਦਵਾ ਕੇ। ਚੰਗਾ ਫਿਰ ਭਗਵਾਨ ਨੇ, ਮੈਂ ਵੀ ਚੱਲਦਾ। ਉਹ ਰੁਕ ਜਾਓ, ਚੱਲੇ ਕਿੱਥੇ ਹੋ? ਉਹ ਪਹਿਲਾਂ ਮੇਰੀ ਗੱਲ ਸੁਣ ਕੇ ਜਾਓ। ਚੱਲ ਬੋਲ, ਕਹਿ ਲਾ ਜੋ ਕੁਛ ਤੂੰ ਕਹਿਣਾ। ਅੱਜ ਤੁਸੀਂ ਜੋ ਵੀ ਕੀਤਾ ਨਾ ਚੰਗਾ ਨਹੀਂ ਕੀਤਾ, ਮੇਰੀ ਧੀ ਨਾਲ ਨਾ ਬੇਇਨਸਾਫੀ ਹੋਈ ਹੈ। ਓਏ ਇਹ ਤੇਰੇ ਮਨ ਦਾ ਵਹਿਮ ਹੈ, ਮੈਂ ਜੋ ਕੁਛ ਵੀ ਕੀਤਾ ਨਾ ਸੋਚ ਸਮਝ ਕੇ ਕੀਤਾ ਫੇਰ ਹੀ ਜਵਾਬ ਦਿੱਤਾ। ਸੋਚਿਆ ਹੋਣਾ ਆਪਣੇ ਭਰਾ ਦੇ ਪਰਿਵਾਰ ਬਾਰੇ, ਮੇਰੇ ਤੇ ਮੇਰੀ ਧੀ ਬਾਰੇ ਤੁਸੀਂ ਕੀ ਸੋਚਿਆ? ਹਾਏ ਓ ਰੱਬਾ, ਉਹ ਮੈਂ ਇਸ ਘਰ ਦਾ ਮੋਢੀ ਆ, ਉਹ ਮੈਨੂੰ ਕੱਲੀ ਮੇਰੀ ਧੀ ਨਹੀਂ ਦਿਸਦੀ, ਉਹ ਪੂਰਾ ਪਰਿਵਾਰ ਦਿਸਦਾ। ਉਹ ਪੂਰਾ ਪਰਿਵਾਰ ਕਾਹਨੂੰ ਦਿੰਦਾ, ਉਹ ਤੁਹਾਡੀ ਤੁਹਾਨੂੰ ਭਾਬੀ ਦਿਖਦੀ ਆ। ਜਾਓ ਲੈ ਲਓ ਮੈਡਲ ਉਹਦੇ ਕੋਲ ਜਾ ਕੇ, ਮੇਰੀ ਧੀ ਦਾ ਕਿਸਮਤ ਖਰਾਬ ਕਰਤੀ ਨਾ। ਉਹ ਤੂੰ ਨਹੀਂ ਸਮਝੇਗੀ ਤੇ ਨਾ ਮੈਂ ਤੈਨੂੰ ਸਮਝਾ ਸਕਦਾ। ਉਹ ਕਈ ਵਾਰੀ ਨਾ ਪਰਿਵਾਰ ਨੂੰ ਇਕੱਠਾ ਰੱਖਣ ਵਾਸਤੇ ਨਾ ਆਪਣੀ ਗੱਲ ਮਨਾਉਣੀ ਵੀ ਪੈਂਦੀ ਆ ਤੇ ਦੂਸਰਿਆਂ ਦੀ ਮੰਨਣੀ ਵੀ ਪੈਂਦੀ ਆ। ਉਹ ਇਸ ਘਰ 'ਚ ਤੁਹਾਡੀ ਸੁਣਦਾ ਹੀ ਕੌਣ ਹੈ? ਮੈਂ। ਤੇ ਸਮਝਦਾ ਕੌਣ ਹੈ? ਸਿਰਫ ਮੈਂ, ਤੇ ਝੁਕਦੀ ਵੀ ਮੈਂ ਹੀ ਆ, ਇੱਕ ਧੀ ਦੀ ਮਾਂ। ਉਹ ਇੰਨੀਆਂ ਜਿੱਦਾਂ ਨਾ ਕਰਿਆ ਕਰ, ਉਹ ਮੈਂ ਕੋਈ ਕਮਲਾ ਨਹੀਂ ਹੈਗਾ ਜਿਹੜਾ ਜਵਾਬ ਦਿੱਤਾ ਉਹਨੂੰ। ਖਬਰਦਾਰ ਜੇ ਹੁਣ ਕੁਛ ਬੋਲੀ ਤੂੰ, ਚੁੱਪ ਰਹਿ ਹੁਣ। ਹੁਣ ਤੱਕ ਨਾ ਮੈਂ ਚੁੱਪ ਹੀ ਸੀ, ਪਰ ਜੋ ਕੁਛ ਮੇਰੇ ਨਾਲ ਹੋਇਆ ਨਾ ਮੈਂ ਚੁੱਪ ਨਹੀਂ ਰਹਿਣਾ, ਤੇ ਜੇ ਮੈਨੂੰ ਚੁੱਪ ਰਹਿਣ ਲਈ ਕਹੋਗੇ ਨਾ ਤੇ ਮੈਂ ਕਿਸੇ ਨਾਲ ਬੋਲਣਾ ਹੀ ਨਹੀਂ। ਉਹ ਇੱਕ ਤੂੰ ਹੀ ਕਲੇਸ਼ ਪਾਉਣਾ ਸੀ ਪਾਲਾ ਹੁਣ, ਉਹ ਮੈਂ ਬੰਦਾ ਕਿੱਧਰ ਕਿੱਧਰ ਹੋਵਾਂ, ਕਿੱਧਰ ਕਿੱਧਰ ਧਿਆਨ ਰੱਖਾਂ, ਉਹ ਮੇਰੇ ਬਾਰੇ ਵੀ ਕੋਈ ਸੋਚ ਲਾ ਮੈਂ ਕੀ ਕਰੀ ਜਾਵਾਂ ਹੁਣ। ਉਹ ਮੇਰਾ ਸਾਥ ਤਾਂ ਕੀ ਦੇਣਾ, ਉਲਟਾ ਮੈਨੂੰ ਹੀ ਬੋਲੀ ਜਾਂਦੀ ਆ। ਅੱਛਾ ਮੈਂ ਬੋਲਦੀ ਹਾਂ, ਉਹ ਨਾਲੇ ਜਿਹੜੇ ਕਲੇਸ਼ ਦੀ ਗੱਲ ਕਰਦੇ ਹੋ ਨਾ, ਉਹ ਕਲੇਸ਼ ਤੁਹਾਡੀ ਭਾਬੀ ਤੇ ਉਹਦੇ ਜਵਾਕ ਪਾਉਂਦੇ ਨੇ, ਜਿਹੜੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰਨ ਲੱਗੇ ਹੋਏ ਨੇ। ਉਹ ਜਦੋਂ ਦੇ ਵੱਡੇ ਭਾਜੀ ਮੁੱਕੇ ਨੇ ਨਾ, ਉਹਨਾਂ ਦਾ ਹੱਥ ਤੁਸੀਂ ਫੜਿਆ ਤੇ ਉਹ ਉਸੇ ਹੱਥ ਦੇ ਦੰਦੀਆਂ ਵੱਢਣ ਲੱਗੇ ਹੋਏ ਨੇ। ਉਹ ਹੁੰਦੇ ਕੌਣ ਨੇ ਮੇਰੀ ਧੀ ਦਾ ਫੈਸਲਾ ਕਰਨ ਵਾਲੇ? ਉਹ ਤੂੰ ਕੀ ਬਗਾਨੀ ਬਣ ਕੇ ਗੱਲਾਂ ਕਰੀ ਜਾਂਦੀ ਆ, ਉਹ ਆਪਣੇ ਨੇ, ਬਗਾਨੇ ਨਹੀਂ ਹੈਗੇ। ਉਹ ਤੁਹਾਡੇ ਹੀ ਨੇ, ਮੇਰੇ ਨਹੀਂ ਹੈਗੇ। ਮੈਂ ਕਿਹੜਾ ਉਹਨਾਂ ਨੂੰ ਨਾਲ ਲੈ ਕੇ ਆਈ ਹਾਂ, ਨਾਲੇ ਤੁਹਾਨੂੰ ਨਾ ਮੇਰੀ ਧੀ ਬਾਰੇ ਸੋਚਣ ਦੀ ਲੋੜ ਨਹੀਂ, ਮੈਂ ਆਪੇ ਸੋਚ ਲਾਂਗੀ। ਠੀਕ ਆ ਫਿਰ ਆਪੇ ਸੋਚ ਲਈ, ਅਜੇ ਤੇਰੀ ਬਹਿਸ ਪੂਰੀ ਹੋ ਗਈ ਹੋਵੇ ਤਾਂ ਮੈਂ ਜਾਵਾਂ, ਰੋਟੀ ਤਾਂ ਤੂੰ ਪੁੱਛਣੀ ਨਹੀਂ ਮੈਨੂੰ। ਹਾਂ ਹੁਣ ਤੱਕ ਤਾਂ ਤੁਹਾਡੀ ਭਾਬੀ ਪੁੱਛਦੀ ਆਈ ਹੈ ਨਾ ਤੁਹਾਨੂੰ, ਮੈਂ ਤਾਂ ਕਦੀ ਰੋਟੀ ਪੁੱਛੀ ਨਹੀਂ ਤੁਹਾਨੂੰ। ਬਸ ਕਰ ਹਰਪ੍ਰੀਤ, ਜ਼ਿਆਦਾ ਨਾ ਬੋਲਣ, ਤੂੰ ਅੱਗੇ ਵਧੀ ਜਾਂਦੀ ਹੁਣ। ਉਹ ਅੱਗੇ ਹੀ ਤਾਂ ਵਧਣ ਨਹੀਂ ਦਿੰਦੇ, ਦਬਾ ਕੇ ਰੱਖਿਆ ਹੋਇਆ ਮੈਨੂੰ। ਬਹਿ ਜਾਓ ਰੋਟੀ ਲੈ ਕੇ ਆਉਂਦੀ ਹਾਂ। ਜਨਾਨੀ ਨੇ ਦਿਮਾਗ ਖਰਾਬ ਕਰ ਰੱਖਿਆ। ਹਰਪ੍ਰੀਤ ਕੀ ਕਰਦੀ ਸੀ? ਅੱਛਾ ਬੁੱਟਰ ਨੂੰ ਰੋਟੀ ਲੈ ਕੇ ਚੱਲੀ ਹੈ। ਐਂ ਕਰ ਮੈਂ ਹੁਣੇ ਹੁਣੇ ਤਾਜ਼ਾ ਮਟਰ ਪਨੀਰ ਬਣਾਇਆ, ਉਹ ਪਾ ਕੇ ਲੈ ਜਾ। ਨਹੀਂ ਮੈਂ ਤੈਨੂੰ ਕਹਿੰਦੀ ਹਾਂ ਤਾਜ਼ੀ ਸਬਜ਼ੀ ਬਣਾਈ ਆ, ਉਹ ਪਾ ਲਾ, ਤੇਰਾ ਧਿਆਨ ਕਿੱਥੇ ਆ? ਕੀ ਗੱਲ, ਤੂੰ ਬੋਲਦੀ ਕਾਹਤੇ ਨਹੀਂ? ਉਹ ਤੇਰੀ ਸਿਹਤ ਤਾਂ ਠੀਕ ਆ, ਕਿਤੇ ਕੋਈ ਝਟਕਾ ਤਾਂ ਨਹੀਂ ਲੱਗ ਗਿਆ? ਮੱਚ ਗਈ ਉਹ ਸੱਚ ਸਬਜ਼ੀ, ਗੈਸ ਬੰਦ ਕਰ ਲਵਾਂ। ਮੈਨੂੰ ਲੱਗਦਾ ਇਹਨੂੰ 1500 ਵਾਟ ਦਾ ਝਟਕਾ ਲੱਗਿਆ। ਇਹਦੀ ਕੁੜੀ ਜਹਾਜ਼ ਚੜ੍ਹਨ ਜੋ ਮੈਂ ਬਾਅਦ ਤੋਂ ਖਿੱਚ ਲਈ। ਸ਼ਰੀਕਣੇ
जे मेरी कुड़ी नहीं ना चढ़ी जहाजे तो चढ़न मैं तेरी भी नहीं दिंदी। किथे गया? इत्थे तो प्यासी। मम्मी मम्मी हुण इहनू की हो गया? आनी आ मम्मी। की होया वाजा काते मार दी है? मम्मी मैं ना इत्थे अलमारी च एक सूट रखिया सी, ओ सूट मैनू भाभी ने दिता सी, ओ लभदा ही नहीं पिया। लभदा नहीं पिया? ओ इत्थे ही होना है, नाले तू सूट की करना? मम्मी ओ सूट ना मैनू बहुत पसंद आ, ओ मैनू भाभी ने दिता सी, ओ मैं समाउणा। नी घर की कुछ हो ही जांदा, तैनू ओ सूट दी पई है, तू सूट समाउणा? अग लगे इहो जिहे सूट नू। मम्मी तुसी मैनू काते भज भज के पे जाने हो, इहदे च मेरा की कसूर आ? ओ मैं तां किसे गल च बोलदी वी नहीं। ओ मैं केड़ा कहनी आ कसूर तेरा? कसूर तां मेरा है जिन्हें पुत नहीं जम्मिया। की गल मम्मी, मेरे प्यार च कोई कमी रह गई जेड़ा तुहानू अज पुत दी कमी महसूस होण लग गई? मैं भी तां तुहाडा पुत ही आ। हाँ मनप्रीत तू मेरा पुत ही है, पर बहुत गल्लां इहो जिहियां ने जिहड़ियां मेरे दिल च ही दबियां रह गईआं। की गल मम्मी, इहो जिही केड़ी गल आ जिहड़ी हजे भी तुहाडे दिल च आ? तुसीं मैनू दसो। आही कि इहनां ने मेरी धी दी बणदी बणदी जिंदगी खराब करती। की अम्मी तुसीं फालतू गल्लां सोची जाने हो, की पता रब ने मेरी जिंदगी च इहदे नालों भी कुछ वधिया सोचिया होवे, ओ हजे तां मैं पढ़दी हाँ। तू बहुत भोली है धीए, तैनू हजे जिंदगी दा ना तजर्बा नहीं। मैं तां इह सोचिया सी कि तेरा जे इस घर च रिश्ता हो जांदा ना ते तेरी जिंदगी सौखी निकल जांदी। ओ मम्मी तुसीं मेरी इन्नी फिक्र ना करो, ओ मेरी फिक्र करन नूं बहुत सारे जाने ने, डैडी ने, देवीरा, भाभी आ, ओ मेरा किन्ना करदे ने। देव तेरा करदा जरूर है, तू भी उहदा करदी है, पर की तू उहदे उत्ते अपने सके भरा जिन्ना हक जता सकदी है? हक नहीं जता सकदी, ओ मम्मी किरन हमेशा बिच आ जांदी आ, ओ समझदी नहीं भी आपां तीनों भैण भरा वां, ओ हमेशा देव वीरे नूं अपना भरा कहिंदी आ ते मैनू मैनू अड कर दिंदी आ। मैनू इह चतौंदी आ भी मैं उहदे चाचे दी कुड़ी आ, उहनां दी भैण नहीं हैगी। ताही तां मेरी पुत चलदी नहीं, अपना खून अपना हुंदा। नहीं मम्मी इत्थे तुसीं गलत हो, देव वीरा चाहे मेरा सका भरा नहीं पर ओह मैनू किरण दे बराबर ही रखदा, उन्हें हमेशा मैनू सकियां भैणां वांगू ही समझिया। अच्छा फिर तू ये दस कि देव ने सेहरा तेरे कोलों क्यों नहीं बनवाया, किरण को क्यों बनवाया? उत सारे विआह विच ना किरण ने तेनू नेड़े नहीं होन दिता, मैनू पता इस गल दा किन्ना दुख होया। मम्मी तुसीं उही सोची जाने हो भी किरण ने सारे विआह च मैनू नेड़े नहीं होन दिता, ਉਹ ਮੈਂ ਜਦੋਂ ਮਰਜ਼ੀ ਭਾਬੀ ਕੋਲ ਚੱਲ ਜਾ ਤੇ ਤੁਹਾਨੂੰ ਪਤਾ ਭਾਬੀ ਵੀ ਮੇਰਾ ਬਹੁਤ ਕਰਦੀ ਆ। ਪੁੱਤ ਹੁਣ ਤਾਂ ਤੇਰਾ ਉਹ ਕਰਦੀ ਹੈ ਪਰ ਮੈਨੂੰ ਡਰ ਲੱਗਦਾ ਜਿਵੇਂ ਜਿਵੇਂ ਦਿਨ ਨਿਕਲਣੇ ਆ ਉਹਨੇ ਵੀ ਤੈਨੂੰ ਛੱਡ ਕੇ ਨਾ ਕਿਰਨ ਦਾ ਹੀ ਕਰਨਾ। ਨਹੀਂ ਨਹੀਂ ਮੰਮੀ, ਜਿੰਨਾ ਭਾਬੀ ਅੱਜ ਮੇਰਾ ਕਰਦੀ ਆ ਕੱਲ੍ਹ ਨੂੰ ਵੀ ਇੰਨਾ ਹੀ ਕਰੂਗੀ, ਤੁਸੀਂ ਵੀ ਇੱਥੇ ਹੋ ਤੇ ਮੈਂ ਵੀ ਇੱਥੇ ਹਾਂ, ਤੁਸੀਂ ਦੇਖ ਲਿਓ। ਚੱਲ ਠੀਕ ਹੈ ਧੀਏ, ਜਿੱਦਾਂ ਤੂੰ ਕਹਿੰਦੀ ਹੈ ਉੱਦਾਂ ਹੀ ਹੋਵੇ, ਪਰ ਮੈਂ ਵੀ ਰਿਸ਼ਤੇਦਾਰੀਆਂ ਬਹੁਤ ਦੇਖੀਆਂ ਨੇ। ਨਹੀਂ ਮੂੰਹ ਠੀਕ ਕਰ ਲੈ, ਐਵੇਂ ਮੂੰਹ ਫਲਾਈ ਬੈਠੀ ਆ। ਆ ਜਾ ਨੱਚ ਲਾ। ਮੰਮੀ ਮੇਰਾ ਰਿਸ਼ਤਾ ਟੁੱਟਿਆ ਜੁੜਿਆ ਨਹੀਂ ਹੈਗਾ ਜਿਹੜਾ ਤੁਸੀਂ ਨੱਚਣ ਲੱਗ ਗਏ ਆ ਕੇ। ਨੀ ਤੇਰੇ ਮੂੰਹੋਂ ਨਿਕਲੀ ਹੋਈ ਗੱਲ ਪੂਰੀ ਹੋ ਗਈ, ਮਨਪ੍ਰੀਤ ਦਾ ਰਿਸ਼ਤਾ ਟੁੱਟ ਗਿਆ,
देता तेरे चाचे ने जवाब। जवाब देता? सच्ची दस मम्मी, जवाब देता? हाँ देता जवाब, आहा मैं अपने कन्ना नाल सुन के आई हां। मम्मी आज तो सच्ची खुशी दी गल दसदी। जिन्ना मैनू दुख सी ओना चा चढ़ गया, एदे लई नचना तो बनदा, आजा नचिए।